ਲੋਕ ਸਭਾ ਚੋਣਾਂ ਦੇ ਨਤੀਜੇ ਕੱਲ ਆਉਣੇ ਵਾਲੇ ਨੇ, ਲੇਕਿਨ ਉਸ ਤੋਂ ਪਹਿਲਾਂ ਇੱਕ ਵੱਡੀ ਜਿਹੜੀ ਰਾਜਨੀਤਿਕ ਹਲਚਲ ਪੰਜਾਬ 'ਚ ਸ਼ੁਰੂ ਹੋ ਗਈ ਹੈ, ਕਿਉਂਕਿ ਬਠਿੰਡਾ ਦੇ ਜਿਹੜੇ ਕਾਂਗਰਸ ਦੇ ਉਮੀਦਵਾਰ ਨੇ ਰਾਜਾ ਵੜਿੰਗ, ਉਹਨਾਂ ਨੇ ਫੇਸਬੁੱਕ 'ਤੇ ਲਾਈਵ ਹੋ ਕੇ ਕਈ ਜਿਹੜੇ ਵੱਡੇ ਵੱਡੇ ਖੁਲਾਸੇ ਕਰ ਦਿੱਤੇ ਨੇ। ਉਹਨਾਂ ਨੇ ਫੇਸਬੁੱਕ 'ਤੇ ਲਾਈਵ ਹੋ ਕੇ ਕੀ ਕੁਝ ਕਿਹਾ, ਆਓ ਸੁਣਦੇ ਹਾਂ। ਸਤਿ ਸ਼੍ਰੀ ਅਕਾਲ, ਕੀ ਹਾਲ ਹੈ ਦੋਸਤੋ, ਠੀਕ ਠਾਕ ਹੋ? ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੋ ਤੁਸੀਂ ਮੇਰੇ ਵਾਸਤੇ ਕੀਤਾ ਅਤੇ ਮੇਰੇ ਪਰਿਵਾਰ ਵਾਸਤੇ ਕੀਤਾ, ਉਹ ਕਦੇ ਭੁਲਾਇਆ ਨਹੀਂ ਜਾ ਸਕਦਾ। ਮੇਰੇ ਵਰਗੇ ਇਹੋ ਜਿਹੇ ਬੰਦੇ ਨੂੰ ਔਰ ਤੁਸੀਂ ਜੋ ਕਿਰਪਾ ਕੀਤੀ ਮੇਰੇ ਲਈ, ਲੜੇ ਫੇਸਬੁੱਕ 'ਤੇ, ਵਟਸਐਪ 'ਤੇ, ਜ਼ਮੀਨ 'ਤੇ, ਜਿੱਥੇ ਜਿੱਥੇ ਕੋਈ ਬੈਠਾ ਸੀ ਉਹਨੇ, ਅਗਰ ਕੋਈ ਵੋਟ ਨਹੀਂ ਮੰਗ ਸਕਿਆ ਤਾਂ ਉਹਨੇ ਮੇਰੇ ਵਾਸਤੇ ਦੁਆਵਾਂ ਕੀਤੀਆਂ। ਮੈਂ ਉਹਨਾਂ ਦੁਆਵਾਂ ਨਾਲ ਹੀ ਇਹਨਾਂ ਲੋਕਾਂ ਦੇ ਨਾਲ ਲੜਾਈ ਲੜ ਪਾਇਆ, ਨਹੀਂ ਤਾਂ ਮੇਰੇ 'ਚ ਇੰਨੀ ਤਾਕਤ ਨਹੀਂ ਸੀ। ਇਹ ਸਭ ਤਾਕਤ ਤੁਹਾਡਿਆਂ ਦਿੱਤਿਆਂ ਮੈਨੂੰ ਮਿਲੀ ਔਰ ਉਮੀਦ ਕਰਦਾ ਕਿ ਇਸੇ ਤਰ੍ਹਾਂ ਹੀ ਹਮੇਸ਼ਾ ਤੁਹਾਡਾ ਆਸ਼ੀਰਵਾਦ ਮੇਰੇ 'ਤੇ ਬਣਿਆ ਰਹੂਗਾ। ਜਦੋਂ ਸ਼ੁਰੂ ਹੋਈ ਸੀ ਲੜਨਾ, ਲੋਕ ਕਹਿੰਦੇ ਸੀ ਕਿ ਕਮਜ਼ੋਰ ਕੈਂਡੀਡੇਟ ਦਿੱਤਾ ਕੀ ਹੋਏਗਾ, ਲੇਕਿਨ ਜਿਵੇਂ ਜਿਵੇਂ ਅੱਗੇ ਵੱਧਦੇ ਗਏ, ਪਰਮਾਤਮਾ ਕਿਰਪਾ ਕਰਦਾ ਗਿਆ ਅਤੇ ਮੇਰੇ 'ਤੇ ਤੁਹਾਡੀ ਕਿਰਪਾ ਹੁੰਦੀ ਗਈ। ਔਰ ਦੋਸਤੋ, ਸੱਚ ਜਾਣਿਓ, ਬਡਲਾਡੇ ਦੇ ਲੋਕਾਂ ਨੇ, ਮਾਨਸਾ ਦੇ ਲੋਕਾਂ ਨੇ, ਸਰਦੂਲਗੜ੍ਹ ਦੇ ਲੋਕਾਂ ਨੇ, ਤਲਵੰਡੀ ਦੇ ਲੋਕਾਂ ਨੇ, ਪੁੱਛੋ ਦੇ ਲੋਕਾਂ ਨੇ, ਲੰਬੀ ਦੇ ਲੋਕਾਂ ਨੇ, ਬਠਿੰਡਾ ਦਿਹਾਤੀ ਦੇ ਲੋਕਾਂ ਨੇ, ਬਠਿੰਡਾ ਸ਼ਹਿਰ ਵਾਲਿਆਂ ਨੇ ਬਹੁਤ ਮਾਣ ਅਤੇ ਸਤਿਕਾਰ ਦਿੱਤਾ। ਮੌੜ ਵਾਲਿਆਂ ਨੇ ਕਮਾਲ ਦਾ ਪਿਆਰ ਯਾਰ। ਔਰ ਮੇਰੇ ਦੋਸਤਾਂ ਨੇ, ਕੁਝ ਤਾਂ ਐਸੇ ਮਾਵਾਂ ਸਨ, ਭਰਾ ਸਨ, ਜਿਨ੍ਹਾਂ ਨੂੰ ਮੈਂ ਕਦੇ ਵੇਖਿਆ ਹੀ ਨਹੀਂ, ਔਰ ਮੇਰੇ ਵਾਸਤੇ ਰਾਤਾਂ ਜਾਗ ਜਾਗ ਕੇ ਉਹਨਾਂ ਲੋਕਾਂ ਨੇ ਕੰਮ ਕੀਤਾ। ਕਿਆ ਬਾਤ ਹੈ ਯਾਰ, ਅਨਬਲੀਵੇਬਲ। ਮੈਨੂੰ ਇਹ ਚਿੰਤਾ ਇਸ ਗੱਲ ਦੀ ਹੈ ਕਿ ਤੁਹਾਡਾ ਆਸਾਨ ਕਿੱਦਾਂ ਮੋੜਾਂ, ਜੋ ਆਸਾਨ ਤੁਸੀਂ ਆਪਦੇ ਇਸ ਭਰਾ 'ਤੇ ਚੜ੍ਹਾਇਆ, ਹੁਣ ਕਿੱਦਾਂ ਵਾਪਸ ਕਰਾਂਗੇ ਮੈਨੂੰ ਸਮਝ ਨਹੀਂ ਆ ਰਹੀ। ਪਰ ਪਰਮਾਤਮਾ ਕਿਰਪਾ ਕਰੇ, ਬਲ ਬਖਸ਼ੇ ਕਿ ਮੈਂ ਸਦਾ ਤੁਹਾਡੀਆਂ ਉਮੀਦਾਂ 'ਤੇ ਖਰਾ ਉਤਰਾਂ। ਕੱਲ੍ਹ ਦਾ ਦਿਨ ਵਿਚਾਲੇ ਹੈ, ਪਰਸੋਂ ਨਤੀਜਾ ਆਉਣਾ ਹੈ। ਸੱਚੇ ਪਾਤਸ਼ਾਹ ਵਾਹਿਗੁਰੂ ਮਿਹਰ ਕਰਨ ਕਿ ਕਿਰਪਾ ਹੋਏ ਅਤੇ ਆਪਾਂ ਲੋਕਾਂ ਦੀ ਸੇਵਾ ਕਰੀਏ। ਮਾਫ਼ੀ ਚਾਹੁੰਦਾ ਉਹਨਾਂ ਲੋਕਾਂ ਤੋਂ ਕਿ ਇੱਕ ਅੱਧੇ ਦਿਨ ਦਾ ਕਾਫ਼ੀ ਕਾਲਸ ਨੂੰ ਕਈਆਂ ਨੂੰ ਅਟੈਂਡ ਨਹੀਂ ਕਰ ਪਾਇਆ, ਕਈਆਂ ਦੇ ਫੋਨ ਅਟੈਂਡ ਕੀਤੇ, ਕਈ ਰੋਏ ਗਏ, ਤਾਂ ਚਿੰਤਾ ਨਾ ਕਰੋ, ਇੱਕ ਅੱਧੇ ਦਿਨ ਤੋਂ ਬਾਅਦ ਪੂਰਾ ਸ਼ਡਿਊਲ ਬਣਾ ਲਾਂਗੇ, ਸਿਸਟਮ ਬਣਾ ਲਾਂਗੇ। ਸੋ ਹਰ ਬੰਦੇ ਨੂੰ ਕਿਸੇ ਗੱਲ ਦਾ ਪਿਆਰ 'ਚ ਅਤੇ ਸਤਿਕਾਰ 'ਚ ਕਮੀ ਨਹੀਂ ਆਊਗੀ। ਸੋ ਕੱਲ੍ਹ ਲਾਈਵ ਕਰਨਾ ਸੀ, ਤੁਹਾਡਾ ਧੰਨਵਾਦ ਕਰਨਾ ਸੀ, ਪਰ ਸਿਹਤ ਬਿਲਕੁਲ ਇਜਾਜ਼ਤ ਨਹੀਂ ਦਿੰਦੀ ਸੀ। ਰਾਤ ਨੂੰ ਕੋਈ ਨੈਟਵਰਕ ਦੀ ਵੀ ਪ੍ਰੋਬਲਮ ਸੀ, ਪਰ ਤਕੜੇ ਹੋ ਗਏ ਹੁਣ, ਫਿਰ ਤੁਹਾਡੀ ਸੇਵਾ ਲਈ ਕੱਲ੍ਹ ਤੋਂ ਬਾਅਦ, ਪਰਸੋਂ ਤੋਂ ਬਾਅਦ ਫਿਰ ਹਾਜ਼ਰ ਰਵਾਂਗੇ। ਦੁਬਾਰਾ ਫਿਰ ਦਿਲ ਦੀਆਂ ਗਹਿਰਾਈਆਂ 'ਚੋਂ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਆਸ਼ੀਰਵਾਦ ਦੇਣ ਵਾਸਤੇ, ਪਿਆਰ ਦੇਣ ਵਾਸਤੇ ਤੁਹਾਡਾ ਸਾਰਿਆਂ ਦਾ ਕੋਟਨ ਕੋਟ ਧੰਨਵਾਦ। ਥੈਂਕ ਯੂ ਐਵਰੀਬਡੀ, ਤੁਸੀਂ ਜੋ ਪਿਆਰ ਦਿੱਤਾ, ਜਿਉਂਦੇ ਰਹੋ। ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ, ਪਰਮਾਤਮਾ ਤੁਹਾਨੂੰ ਤੰਦਰੁਸਤੀ ਦੇਵੇ, ਖੁਸ਼ੀਆਂ ਦੇਵੇ, ਤੁਹਾਡਾ ਹਰ ਮੈਦਾਨ ਫਤਿਹ ਬਖਸ਼ੇ।
ਲੋਕਾਂ ਨੂੰ ਕਿਸੇ ਗੱਲ ਦੀ ਕੋਈ ਕਮੀ ਨਾ ਆਵੇ, ਇਹੀ ਦੁਆ ਕਰਦਾ। ਔਰ ਧੰਨਵਾਦ ਆ ਸਾਰੇ ਲੋਕਾਂ ਦਾ, ਵਰੁਣ, ਸਨੀ ਭਾਟੀਆ, ਸਿੱਪੀ ਧਾਲੀਵਾਲ, ਦੇਵ, ਰਜਤ ਕੋਸ਼ਰ, ਮੁਹੰਮਦ ਜੀ। ਔਰ ਹਾਂ, ਇੱਕ ਗੱਲ ਯਾਦ ਰੱਖੀ ਆ ਗਈ ਕਿ ਜੋ ਬਾਦਲਾਂ ਨੇ ਕੀਤਾ, ਕਿਸ ਤਰ੍ਹਾਂ ਮੇਰੇ ਅਤੇ ਮੇਰੇ ਪਰਿਵਾਰ 'ਤੇ ਘਟੀਆ ਕਿਸਮ ਦੀਆਂ ਗੱਲਾਂ ਕੀਤੀਆਂ ਇਹਨਾਂ ਲੋਕਾਂ ਨੇ। ਔਰ ਮੇਰੀ ਗੱਲ ਯਾਦ ਰੱਖਿਓ, ਇਸ ਇਹਨਾਂ ਗੱਲਾਂ ਨੇ ਤੁਹਾਨੂੰ ਮਾਰ ਦੇਣਾ। ਕਿਸੇ ਦੇ ਪਰਿਵਾਰ ਬਾਰੇ ਕੋਈ ਗੱਲ ਉਹ ਰੱਬ ਨੂੰ ਮਨਜ਼ੂਰ ਨਹੀਂ। ਔਰ ਤੁਹਾਡਾ ਜੋ ਹਾਲ ਹੋਊਗਾ ਉਹ ਯਾਦ ਰੱਖਿਓ, ਇੱਕ ਦਿਨ ਆਊਗਾ ਕਿ ਤੁਹਾਡੀਆਂ ਨਜ਼ਾਰਾਂ 'ਤੇ ਤੁਹਾਡੇ ਦੇ ਕਿਸੇ ਨੇ ਛਿੱਤਰ ਵੀ ਨਹੀਂ ਮਾਰਨੀ। ਉਹ ਵੀ ਇਹ ਮਹਿਸੂਸ ਕਰਨਗੇ ਵੀ ਇਹਨਾਂ ਦੇ ਛਿੱਤਰ ਮਾਰਾਂਗੇ ਤਾਂ ਤਦ ਵੀ ਉਹਦੀ ਆਪਦੀ ਬੇਇੱਜ਼ਤੀ ਹੋਊਗੀ। ਘਟੀਆ ਘਟੀਆ ਇਨਸਾਨਾਂ ਨੂੰ ਤੁਸੀਂ ਨਾਲ ਰੱਖ ਕੇ ਲੋਕਾਂ ਨੂੰ ਦੱਬ ਕੇ ਮਰਾ ਕੇ ਬੁਲਾ ਕੇ ਡਰਾਉਣਾ ਚਾਹੁੰਦੇ ਹੋ। ਰਾਜਨੀਤੀ ਇਹ ਨਹੀਂ ਹੈ। ਰਾਜਨੀਤੀ ਦਾ ਮੁਕਾਬਲਾ ਕਰੋ ਜਿਵੇਂ ਲੋਕ ਕਰਦੇ, ਤੁਹਾਡੇ ਨੂੰ ਨਹੀਂ। ਘਟੀਆ ਇਨਸਾਨ, ਕਦੇ ਕਿਸੇ ਦੇ ਮਾਂ ਬਾਰੇ ਬੁਲਾਉਣਾ ਕਈ ਮਾੜੇ ਕੁੱਤੇ ਆਦਮੀਆਂ ਤੋਂ, ਕਿਸੇ ਦੇ ਘਰ ਬਾਰੇ ਬੁਲਾਉਣਾ, ਕਿਸੇ ਨੂੰ ਕੁਛ ਕਹਿਣਾ, ਮਾੜੀ ਸ਼ਬਦਾਵਲੀ, ਇੰਨਾ ਮਾੜਾ ਦਿਲ ਹੈ। 60 ਸਾਲ ਜ਼ਿੰਦਗੀ ਦੀ ਰਾਜਨੀਤੀ ਕੀਤੀ, ਪੰਜਾਬ ਨੂੰ ਤੁਸੀਂ ਲੁੱਟ ਕੇ ਖਾ ਗਏ। ਆਮ ਸਧਾਰਨ ਪਰਿਵਾਰ ਦਾ ਪੁੱਤ ਤੁਹਾਡੇ ਸਾਹਮਣੇ ਚੁਣਾਵ ਲੜਦਾ ਜਰਿਆ ਨਹੀਂ ਗਿਆ। ਤੁਸੀਂ ਆਪਦੀ ਔਕਾਤ ਵਿਖਾਈ ਦਿੱਤੀ ਨਾ ਅਸਲੀਅਤ, ਕਿ ਤੁਸੀਂ ਕਿੰਨੇ ਕੁ ਦਿਲ ਦੇ ਮਾਲਕ ਹੋ। ਤੁਸੀਂ ਬੰਦਿਆਂ ਨੂੰ ਲਿਆ ਲਿਆ ਕਿ ਮੇਰੇ ਖਿਲਾਫ ਮੰਚ 'ਤੇ ਸਟੇਜਾਂ 'ਤੇ ਬੁਲਾਉਂਦੇ ਰਹੇ, ਅਤੇ ਜੇ ਮੈਂ ਕੁਛ ਕਹਿ ਦਿਆਂ ਤੁਹਾਡੇ ਬਾਰੇ, ਤੁਹਾਡੇ ਪਰਿਵਾਰ ਬਾਰੇ, ਤੁਹਾਡੀਆਂ ਭੈਣਾਂ ਬਾਰੇ, ਕੁੜੀਆਂ ਬਾਰੇ, ਬੰਦਿਆਂ ਬਾਰੇ, ਤਾਂ ਫਿਰ ਕੀ ਹੋਏਗਾ? ਫਿਰ ਰਾਤ ਨੂੰ ਨੀਂਦ ਨਹੀਂ ਆਊਗੀ। ਪਰ ਮੈਂ ਤੁਹਾਡੇ ਜਿੰਨਾ ਮਾੜਾ ਅਤੇ ਬੇਸ਼ਰਮ ਨਹੀਂ ਹਾਂ। ਸੋ ਪਰ ਹਰ ਬੰਦਾ ਜਦੋਂ ਆਪਦੀ ਆਈ 'ਤੇ ਆ ਜਾਂਦਾ ਨਾ ਜੀ, ਉਹ ਕੁਛ ਵੀ ਕਰ ਦਿੰਦਾ। ਸੋ ਇਹ ਨਾ ਸਮਝੋ ਕਿ ਤੁਸੀਂ ਰੱਬ ਹੋ। ਬੰਦਾ ਫਿਰ ਇੱਕ ਵਾਰੀ ਮਨ ਬਣਾ ਲਏ ਵੀ ਮੈਂ ਕਿਸੇ ਵੀ ਕਠਿਨਾਈ ਦਾ ਸਾਹਮਣਾ ਕਰਨ ਲਈ ਤਿਆਰ ਹਾਂ, ਤਾਂ ਫਿਰ ਉਹ ਤਿਆਰ ਹੋ ਜਾਂਦਾ। ਕਿਸੇ ਦੀ ਚੁੱਪ ਨੂੰ ਕਿਸੇ ਨੂੰ ਮਾੜਾ ਨਾ ਸਮਝੋ। ਕਿਸੇ ਦੀ ਚੁੱਪ ਨੂੰ ਇਹ ਨਾ ਸਮਝੋ ਕਿ ਸ਼ਾਇਦ ਉਹ ਮਾੜਾ ਅਤੇ ਡਰਦਾ ਹੈ। ਅੱਜ ਕੱਲ੍ਹ ਕੋਈ ਕਿਸੇ ਤੋਂ ਡਰਦਾ ਨਹੀਂ। ਸੋ ਮੇਰੀ ਤੁਹਾਨੂੰ ਇਹ ਗੁਜ਼ਾਰਿਸ਼ ਹੈ, ਤੁਹਾਨੂੰ ਪਰਮਾਤਮਾ ਨੇ ਬੜਾ 60 ਸਾਲ ਸੱਤਾ 'ਚ ਤੁਹਾਨੂੰ ਦਿੱਤੇ ਹੈ, ਔਰ ਜਦੋਂ ਅੰਤ ਹੁੰਦਾ ਇੱਦਾਂ ਹੀ ਹੁੰਦਾ, ਇੱਦਾਂ ਬੁਖਲਾਰ 'ਚ ਆ ਕੇ ਇੱਦਾਂ ਫਿਰ ਬੰਦਾ ਸ਼ਬਦਾਵਲੀ ਬੋਲਦਾ ਹੈ, ਰੱਬ ਫਿਰ ਕਰਾਉਂਦਾ। ਤਪੋ ਰਾਜ ਅਤੇ ਰਾਜੋ ਨਰਕ। ਬੇਨਤੀ ਹੈ ਸੁਖਬੀਰ ਸਿੰਘ ਬਾਦਲ ਨੂੰ ਖਾਸ ਕਰਕੇ, ਕਿਰਪਾ ਕਰਕੇ ਆਪਦੇ ਜਿਹੜੇ ਕੁੱਤੇ ਬਿੱਲੇ ਰੱਖੇ ਹੈ ਨਾ ਨਾਲ, ਉਹਨਾਂ ਨੂੰ ਥੋੜ੍ਹਾ ਜਿਹਾ ਵਰਜ ਕੇ ਰੱਖੋ। ਔਰ ਤੁਸੀਂ ਉਹਨਾਂ ਨੂੰ ਸ਼ਹਿ ਦੇ ਕੇ ਬੁਲਾਉਣੇ ਹੋ, ਇਹ ਚੰਗੀ ਗੱਲ ਨਹੀਂ। ਠੀਕ ਹੈ ਨਾ ਜੀ? ਹਰ ਇੱਕ ਬੰਦੇ ਦੀ ਇੱਜ਼ਤ ਕਰੋ ਅਤੇ ਇੱਜ਼ਤ ਕਰਾਉਣੀ ਸਿੱਖੋ। ਨਹੀਂ ਤਾਂ ਸੁਦਾਮ ਸੈਨ ਵਾਲਾ ਵੀ ਹਾਲ ਆਪਾਂ ਵੇਖਿਆ। 10-12 ਸਾਲ ਪਹਿਲਾਂ ਦੀ ਗੱਲ ਹੈ ਕਿ ਸਿਉਣੇ ਦੇ ਭਾਂਡਿਆਂ 'ਚ ਰੋਟੀ ਖਾਇਆ ਕਰਦਾ ਸੀ ਸੁਦਾਮ ਸੈਨ। ਦਿਨ ਦਿਹਾੜੇ ਉਹਨਾਂ ਦੇ ਮੁੰਡੇ ਲੋਕਾਂ ਦੀਆਂ ਧੀਆਂ ਭੈਣਾਂ ਚੱਕ ਲਿਆਉਂਦੇ ਸੀ। ਔਰ ਕੀ ਹੋਇਆ ਸੁਦਾਮ ਸੈਨ ਨੂੰ ਪਤਾ ਹੈ? ਜਦੋਂ ਅੰਤ ਆਇਆ ਨਾ, ਗਟਰ 'ਚ ਬੈਠਾ ਸੀ। ਫਿਰ ਅਮਰੀਕਾ ਵਾਲਿਆਂ ਨੇ ਕੱਢਿਆ, ਇਹ ਕੋਈ 100 ਸਦੀ ਪੁਰਾਣੀ ਗੱਲ ਨਹੀਂ ਸੁਣਾ ਰਿਹਾ, ਫਾਂਸੀ 'ਤੇ ਟੰਗਿਆ ਅਤੇ ਫਿਰ ਸਮੁੰਦਰ 'ਚ ਉਹਨੂੰ ਸਿੱਟ ਦਿੱਤਾ ਗਿਆ। ਕਈ ਵਾਰੀ ਬੰਦੇ ਨੂੰ ਭੁਲੇਖਾ ਹੁੰਦਾ ਕਿ ਮੈਂ ਕੁਛ ਨਹੀਂ, ਜਦੋਂ ਰੱਬ ਨਿਗਾਹ ਫੇਰਦਾ। ਸੋ ਮੇਰੀ ਤੁਹਾਨੂੰ ਬੇਨਤੀ ਹੈ, ਕਿਰਪਾ ਕਰਕੇ ਹੋਸ਼ 'ਚ ਰਹੋ ਅਤੇ ਆਪਦੇ ਲੋਕਾਂ ਨੂੰ ਜ਼ਰਾ ਹੋਸ਼ 'ਚ ਰੱਖੋ। ਚੰਗਾ ਹੋਊਗਾ ਜੇ ਇੱਦਾਂ ਤੁਸੀਂ ਕਰੋ। ਉਹ ਸਾਰਿਆਂ ਦਾ ਦੋਸਤੋ, ਸੋਰੀ ਥੋੜ੍ਹਾ ਜਿਹਾ ਤੁਹਾਨੂੰ ਲੱਗਿਆ ਮੈਂ ਗੁੱਸੇ ਹੋ ਗਿਆ, ਪਰ ਇਹਨਾਂ ਲੋਕਾਂ ਨੂੰ ਸੁਨੇਹਾ ਦੇਣਾ ਵੀ ਜ਼ਰੂਰੀ ਹੈ, ਜਿਹਨਾਂ ਲੋਕਾਂ ਨੇ, ਤੁਹਾਨੂੰ ਪਤਾ, ਕੈਂਪੇਨ ਦੇ ਦਰਮਿਆਨ ਬੀਬੀ ਬਾਦਲ ਨੇ ਅਤੇ ਆਹ ਮਜੀਠੀਏ ਨੇ ਜੋ ਗੰਦ ਪਾਇਆ ਅਤੇ ਜੋ ਇਹਨਾਂ ਨੇ ਆਪਦੇ ਨਾਲ ਕੁੱਤੇ ਬਿੱਲਿਆਂ ਤੋਂ ਮੇਰੇ ਬਾਰੇ ਬੁਲਾਉਂਦੇ ਰਹੇ, ਕੋਈ ਗੱਲ ਨਹੀਂ। ਪਰਮਾਤਮਾ ਉਹਦਾ ਜਵਾਬ ਪਰਸੋਂ ਦੇਊਗਾ, 30 ਤਰੀਕ ਨੂੰ। ਸੱਚੇ ਪਾਤਸ਼ਾਹ ਉੱਚੇ ਬੋਲ ਨਾ ਬੋਲੀਏ, ਕਰਤਾਰੋ ਡਰੀਏ।
चंगा दोस्तों, थोड़ा धन्यवाद प्यार देने वास्ते इंद्रजीत सिंह, अशरफ खान, वरिंदर पराशर, परगट जी, थैंक यू, थोड़ा सारा धन्यवाद, गुड नाइट, ज्योंदे रहो, दुआवां जरूरी है, गुरुद्वारे मत्था टेक के आयो और बाबा जी नूं कह के आयो कि साडे भरा दा ख्याल रखे, ठीक है, मिलते हैं फिर कल तो बाद, सत श्री अकाल, गुड नाइट एवरीबडी, थैंक यू।